ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾੜੀਆ। ਨੌਰਥ ਅਮਰੀਕਾ ਦੇ ਵਿੱਚ ਵੱਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਜਸ ਕੈਮਰੇ ਦੀ ਨਜ਼ਰ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਰਸਾਉਣ ਦੀ ਕੀ ਕੁਛ ਵਾਪਰਿਆ ਪਿਛਲੇ ਵੀਕ ਨੌਰਥ ਅਮਰੀਕਾ ਦੇ ਅੰਦਰ। ਸ਼ੁਰੂਆਤ ਮੈਂ ਸਭ ਤੋਂ ਪਹਿਲਾਂ ਨਿਊਯਾਰਕ ਦੀ ਕਰਨਾ ਚਾਹਾਂਗਾ। ਨਿਊਯਾਰਕ ਵਿਖੇ ਕਈ ਸਾਰੇ ਪ੍ਰੋਗਰਾਮ ਹੋਏ, ਲੇਕਿਨ ਇੱਕ ਪ੍ਰੋਗਰਾਮ ਜੋ ਕਿ ਇਤਿਹਾਸ ਰਚ ਗਿਆ, ਵਿਸਾਖੀ ਹਿਕਸਵਿਲ ਮੇਲਾ, ਜਿਹਦੀ ਉਡੀਕ ਪੂਰੇ ਨਿਊਯਾਰਕ ਵਾਸੀਆਂ ਨੂੰ ਸੀਗੀ। ਇਸ ਹਿਕਸਵਿਲ ਮੇਲੇ ਦੇ ਵਿੱਚ ਜੈਜ਼ੀ ਬੀ ਨੇ ਸ਼ਮੂਲੀਅਤ ਕੀਤੀ ਔਰ ਠਾਠਾ ਮਾਰਦਾ ਹੈ ਇਕੱਠ ਇਸ ਮੇਲੇ ਦੇ ਵਿੱਚ ਵੇਖਣ ਨੂੰ ਮਿਲਿਆ। ਇਸ ਮੇਲੇ ਦੇ ਮੇਨ ਔਰਗਨਾਈਜ਼ਰ ਜਸਬੀਰ ਜੇ ਸਿੰਘ, ਓਂਕਾਰ ਸਿੰਘ ਅਤੇ ਨਾਲ ਵੱਖ ਵੱਖ ਹੋਰ ਕਾਰੋਬਾਰੀ ਜਿਨ੍ਹਾਂ ਨੇ ਇਸ ਮੇਲੇ ਨੂੰ ਸਕਸੈਸਫੁਲ ਕਰਨ ਦੇ ਲਈ ਆਪਣੀ ਜਿੰਦ ਅਤੇ ਜਾਨ ਦੋਵੇਂ ਲਾ ਦਿੱਤੀ ਔਰ ਜਦ ਇਹ ਮੇਲਾ ਕਾਮਯਾਬ ਹੋਇਆ ਤਾਂ ਕੀ ਕੁਝ ਤਸਵੀਰਾਂ ਸਾਨੂੰ ਵੇਖਣ ਨੂੰ ਮਿਲੀਆਂ। ਆਓ ਵੇਖਦੇ ਹਾਂ ਸਾਡੇ ਸਹਿਯੋਗੀ ਨਵਨੀਤ ਸਿੰਘ ਦੀ ਇਹ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ ਅਤੇ ਅੱਜ ਜਸ ਪੰਜਾਬੀ ਦੀ ਟੀਮ ਪਹੁੰਚ ਚੁੱਕੀ ਹੈ ਜੀ ਨਿਊਯਾਰਕ ਔਰ ਨਿਊਯਾਰਕ ਦੇ ਵਿੱਚ ਅੱਜ ਲੌਂਗ ਆਈਲੈਂਡ ਦੇ ਵਿੱਚ ਹਿਕਸਵਿਲ ਦੇ ਵਿੱਚ ਬਹੁਤ ਹੀ ਬਾਕਮਾਲ ਨਜ਼ਾਰੇ ਤੁਹਾਨੂੰ ਵੇਖਣ ਨੂੰ ਮਿਲਣਗੇ। ਜੀ ਹਾਂ, ਅੱਜ ਲੌਂਗ ਆਈਲੈਂਡ ਹਿਕਸਵਿਲ ਵਿਖੇ ਪਹਿਲੀ ਵਾਰ ਵਿਸਾਖੀ ਜਿਹੜੀ ਹੈ ਬੜੀ ਹੀ ਧੂਮਧਾਮ ਦੇ ਨਾਲ ਮਨਾਈ ਜਾਵੇਗੀ ਔਰ ਪਹਿਲੀ ਵਾਰ ਅੱਜ ਲੌਂਗ ਆਈਲੈਂਡ ਦੇ ਜਿਹੜੇ ਵਸਨੀਕ ਹਨ ਉਹ ਵਿਸਾਖੀ ਦੇ ਇਸ ਮੇਲੇ ਦੇ ਵਿੱਚ ਰੰਗਦੇ ਹੋਏ ਨਜ਼ਰ ਆਉਣਗੇ ਅਤੇ ਸ਼ੁਰੂਆਤ ਹੋਣ ਵਾਲੀ ਹੈ ਇਸ ਮੇਲੇ ਦੀ। ਤਾਂ ਤੁਸੀਂ ਵੇਖ ਸਕਦੇ ਹੋ ਕਿ ਮੈਨੇਜਮੈਂਟ ਜਿਹੜੀ ਹੈ ਕਿੰਨੀ ਐਕਸਾਈਟਡ ਹੈ ਇਸ ਟਾਈਮ ਅਤੇ ਜੈਜ਼ੀ ਬੀ ਉਹ ਕਿਹੜੀ ਮਹਾਰਾਜਾ, ਯਾਨੀ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਫਨਕਾਰ ਵੀ ਆ ਜਿਸ ਸਟੇਜ ਦੇ ਉੱਤੇ ਧੁੰਮਾ ਪਾਏਗਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਖ ਵੱਖ ਜਿਹੜੇ ਪ੍ਰਮੋਟਰ ਹਨ, ਸਪੋਂਸਰਸ ਹਨ ਔਰ ਜਿਵੇਂ ਸਟੋਲਸ ਲੱਗੇ ਹੋਏ ਹਨ ਉਹ ਪੂਰੇ ਇਸ ਟਾਈਮ ਤਿਆਰ ਹੋ ਚੁੱਕੇ ਹਨ ਔਰ ਟੀਮ ਪੂਰੀ ਐਕਸਾਈਟਡ ਹੈ ਅਤੇ ਨਾਲ ਟੀਮ ਕੀ ਕੁਝ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਆਰ ਯੂ ਗਾਇਜ਼ ਐਕਸਾਈਟਡ ਫੋਰ ਟੁਨਾਈਟ? ਸੋ ਕਿੰਨਾ ਕੁ ਅੱਜ ਧਮਾਲ ਪੈਣ ਵਾਲਾ ਮੈਨੂੰ ਦੱਸਿਓ। ਬਹੁਤ ਜ਼ਿਆਦਾ ਧਮਾਲ ਪੈਣ ਵਾਲਾ ਹੈ ਭਾਜੀ। ਕੀ ਕੀ ਅੱਜ ਲੱਗਦਾ, ਕੀ ਕੀ ਐਕਸਪੈਕਟੇਸ਼ਨਸ ਨੇ? ਅਸੀਂ ਐਕਸਪੈਕਟ ਕਰਦੇ, ਇੰਨਾ ਵਧੀਆ ਵੈਦਰ ਹੈ, ਲੋਕ ਘਰੋਂ ਨਿਕਲ ਚੁੱਕੇ ਨੇ, ਸਾਨੂੰ ਡੈਲਾਵੇਅਰ ਤੱਕ ਤੋਂ ਨਿਊ ਜਰਸੀ ਤੋਂ ਕਾਲਾਂ ਆ ਰਹੀਆਂ ਅਤੇ ਅਸੀਂ ਐਕਸਪੈਕਟ ਕਰਦੇ ਹਾਂ ਪਾਰਕਿੰਗ ਲਾਟ ਜਿਹੜਾ ਆਲਮੋਸਟ 10,000 ਲੋਕਾਂ ਦਾ ਹੁੰਦਾ ਹੈ ਫੁੱਲ ਹੋਏਗਾ। ਭਾਜੀ ਪੱਟਾਂ 'ਚ ਅੱਜ ਮਾਰ ਕੇ ਹੱਥ ਪੈਣਗੇ, ਹੈਵੀ ਪੇਟ ਮੰਗਣੇ ਕਿ ਨਹੀਂ? ਜ਼ਰੂਰ ਪੈਣਾ ਹੀ ਪੈਣਾ, ਅੱਜ ਤੇ ਭੰਗੜਾ ਮਜ਼ਾ ਹੀ ਆਉਣਾ। ਅਗਰ ਆਪਣਾ ਪੰਜਾਬੀ ਭਰਾ ਹੋਣ ਤੇ ਬੁਰਰਾ ਤੇ ਬਣਦੀ ਹੈ, ਇੱਕ ਬੁਰਰਾ ਤੇ ਬਣਦੀ ਹੈ ਜੀ, ਬਿਲਕੁਲ ਬੁਰਰਾ ਬਿਲਕੁਲ ਬਣਦੀ ਹੈ। ਵੈਗਰੂ ਵੀ ਨਾਲ ਹੈ, ਮੌਸਮ ਵੀ ਨਾਲ ਹੈ, ਮਦਰ ਨੇਚਰ ਇਜ਼ ਕਾਈਂਡ, ਵਾਈ ਨਾਟ ਲੈਟਸ ਡੂ ਇਟ ਬ੍ਰਦਰ ਐਵਰੀਵਨ, ਸਾਰੇ ਬੁਰਰਾ। ਇੱਕ ਮੈਂ ਚਾਹੁੰਦਾ ਕਿ ਇਹਦੀ ਸ਼ੁਰੂਆਤ ਜਕਾਰੇ ਦੇ ਨਾਲ ਕੀਤੀ ਜਾਵੇ ਔਰ ਗੂੰਜਦੇ ਹੋਏ ਜਕਾਰੇ ਜਿਹੜੇ ਨੇ ਅੱਜ ਪੂਰੇ ਨਿਊਯਾਰਕ ਦੇ ਵਿੱਚ ਜਾਣ ਤੇ ਮੈਂ ਚਾਹੁੰਦਾ ਤੁਸੀਂ ਸ਼ੁਰੂਆਤ ਕਰਿਓ। ਬੋਲੇ ਦੀ ਸ਼ੁਰੂਆਤ ਹੋ ਚੁੱਕੀ ਹੈ, ਆਓ ਵੇਖਦੇ ਹਾਂ ਇਸ ਮੇਲੇ ਦੇ ਹੋਰ ਰੰਗ। ਰੰਗਦੇ ਹੋਇਆ ਮਿੱਕੀ ਮਾਊਸ ਵੀ ਨਜ਼ਰ ਆ ਰਿਹਾ, ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਮੇਲੇ ਦਾ ਰੰਗ ਜਿਹੜਾ ਉਹ ਮਿੱਕੀ ਮਾਊਸ ਵੀ ਰੰਗਿਆ ਹੋਇਆ ਪੂਰਾ ਐਂਡ ਹੀ ਇਜ਼ ਐਕਸਾਈਟਿਡ ਤੇ ਆਪਾਂ ਭੰਗੜੇ ਕਰਦੇ ਹੋਏ ਮਿੱਕੀ ਮਾਊਸ ਨਾਲ। ਬਹੁਤ ਇੰਤਜ਼ਾਰ ਹੋ ਰਿਹਾ ਅੰਦਰ, ਐਵਰੀ ਵਨ ਇਜ਼ ਸੇਇੰਗ ਜੈਜ਼ੀ ਬੀ ਜੈਜ਼ੀ ਬੀ ਜੈਜ਼ੀ ਬੀ ਕਦ ਆਉਣਗੇ ਤੇ ਕਿਵੇਂ ਲੱਗਦਾ ਕਿ ਇੰਨਾ ਹੁੰਗਾਰਾ ਤੁਹਾਨੂੰ ਮਿਲ ਰਿਹਾ? ਬਹੁਤ ਵਧੀਆ ਜੀ, ਮੈਂ ਤਾਂ ਅਸੀਂ ਫੌਜੀਆਂ ਵਾਲਾ ਟਾਈਮ ਹੁੰਦਾ ਸਾਡਾ, 4 ਵਜੇ ਦੇ ਬੈਠੇ ਹਾਂ ਜੀ, 4 ਵਜੇ ਦਾ ਟਾਈਮ ਸੀਗਾ, ਹੁਣ 5 ਵੱਜ ਗਏ ਨੇ। ਮੈਂ ਤਾਂ ਕਹਿ ਰਿਹਾ ਵੀ ਕਿਉਂਕਿ ਜਿਹੜੇ ਦੂਰੋਂ ਨੇੜੋ ਚੱਲ ਕੇ ਆਉਂਦੇ ਨੇ ਫੈਨਸ, ਉਹਨਾਂ ਨੂੰ ਵੇਟ ਨਹੀਂ ਕਰਾਉਣੀ ਚਾਹੀਦੀ। ਸੋ ਆਮ ਵੈਰੀ ਐਕਸਾਈਟਡ ਟੂ ਗੋ ਔਨ ਸਟੇਜ ਮੈਨ, ਆਮ ਵੇਟਿੰਗ ਹਿਮ ਸਿੰਸ 4 o'clock, ਸੋ ਹੋਪਫੁਲੀ ਆਈ ਥਿੰਕ ਅਬਾਊਟ 10 ਮਿੰਟਸ ਆਲ ਬੀ ਔਨ ਸਟੇਜ। ਸੋ ਮਹਾਰਾਜਾ ਇਜ਼ ਰੈਡੀ ਔਰ ਤਿਆਰੀ ਨੇ ਪੂਰੀ ਖਿੱਚ ਕੇ ਇਹਨਾਂ ਨੇ ਲਾਈ ਹੋਈ ਹੈ, ਬਸ ਹੁਣ ਇਸ ਪਰਫੋਰਮੈਂਸ ਤੋਂ ਬਾਅਦ ਥੋੜ੍ਹੀ ਦੇਰ ਦੇ ਵਿੱਚ ਜੈਜ਼ੀ ਬੀ ਪਹੁੰਚਣਗੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਐਕਸਾਈਟਮੈਂਟ, ਜੈਜ਼ੀ ਬੀ ਵਰਲਡ ਵਾਈਡ ਪਰਫੋਰਮ ਕਰ ਚੁੱਕੇ ਹਨ, ਜਦ ਯੂਨਾਈਟਡ ਸਟੇਟਸ ਆਫ ਅਮੈਰੀਕਾ ਦੀ ਗੱਲ ਆਉਂਦੀ ਹੈ ਤਾਂ ਲੰਬੇ ਸਮੇਂ ਤੋਂ ਇੱਥੇ ਪਰਫੋਰਮ ਕਰਦੇ ਆ ਰਹੇ ਹਨ, ਲੇਕਿਨ ਉਹੀ ਜਜ਼ਬਾ ਉਹੀ ਐਕਸਾਈਟਮੈਂਟ ਲੈਵਲ ਅੱਜ ਵੀ ਵੇਖਣ ਨੂੰ ਮਿਲਦਾ, ਉਹੀ ਇਹਨਾਂ ਦਾ ਸਟਾਈਲ, ਉਹੀ ਇਹਨਾਂ ਦੇ ਅੰਦਾਜ਼ ਜਦ ਸਟੇਜ ਉੱਤੇ ਪਰਫੋਰਮ ਕਰਦੇ ਹਨ ਹਰ ਕਿਸੇ ਦਾ ਮਨ ਜਿੱਤ ਲੈਂਦੇ ਹਨ ਅਤੇ ਜੈਜ਼ੀ ਬੀ ਇਜ਼ ਰੈਡੀ ਐਂਡ ਮੈਨੂੰ ਲੱਗਦਾ ਕਿ ਨਿਊਯਾਰਕ ਦੀ ਜਿਹੜੀ ਨਿਊਯਾਰਕ ਦਾ ਜਿਹੜਾ ਕਰਾਊਡ ਆ ਉਹ ਵੀ ਰੈਡੀ ਆ, ਪਰ ਥੋੜ੍ਹੀ ਦੇਰ ਦੇ ਵਿੱਚ ਜੈਜ਼ੀ ਬੀ ਇਜ਼ ਗੋਨਾ ਪਰਫੋਰਮ। ਭਾਜੀ ਅੱਜ ਕਿਹੜੇ ਕਿਹੜੇ ਜਿਹੜੇ ਗੀਤ ਨੇ ਆਪਣੇ ਉਹ ਹੋਣਗੇ ਪਰਫੋਰਮ? ਇਟ ਗੋਨਾ ਬੀ ਸਰਪ੍ਰਾਈਜ਼? ਇਟਸ ਗੋਨਾ ਬੀ ਸਰਪ੍ਰਾਈਜ਼, ਮੌਕੇ ਦੇ ਹਿਸਾਬ ਨਾਲ ਹੀ ਆ ਕਿਉਂਕਿ ਲਾਈਵ ਹੁੰਦਾ ਕੰਮ ਜਿੱਦਾਂ ਚਾਹੋਗੇ ਵਿਆਹ ਗਾ ਆ ਗਾ ਅਤੇ ਪਹਿਲਾਂ ਉਸਤਾਦ ਜੀ ਦੇ ਨਾਲ ਸ਼ੁਰੂ ਹੁੰਦਾ ਹਮੇਸ਼ਾ, ਬਾਰ ਬਾਬਾ ਬੰਦਾ ਫਾਦਰ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਹੁਕਮ ਹੋਊਗਾ ਵਟ ਐਵਰ ਦੇ ਵਾਂਟ ਟੂ ਹੀਅਰ ਆਊਟ ਆਫ ਪਰਫੋਰਮ। ਥੈਂਕ ਯੂ ਭਾਜੀ।
ਤਾਂ ਇੱਕ ਪਾਸੇ ਜਿੱਥੇ ਨਿਊਯਾਰਕ ਦੇ ਵਿੱਚ ਇਸ ਮੇਲੇ ਦੀਆਂ ਤਸਵੀਰਾਂ ਸਾਨੂੰ ਵੇਖਣ ਨੂੰ ਮਿਲੀਆਂ ਅਤੇ ਉੱਥੇ ਹੀ ਦੂਜੇ ਪਾਸੇ ਵੈਸਟਰਨ ਕੋਸਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਪੰਜਾਬੀ ਕਲਚਰ ਸੁਸਾਇਟੀ ਵੱਲੋਂ ਸੈਕਰਮੈਂਟੋ ਵਿਖੇ ਮੇਲਾ ਕਰਵਾਇਆ ਗਿਆ। ਸਾਡੇ ਬਿਊਰੋ ਚੀਫ ਜਗਦਾਰ ਜੱਗੀ ਉੱਥੇ ਪਹੁੰਚੇ, ਕੀ ਕੁਝ ਉਹਨਾਂ ਨੇ ਕੈਦ ਕੀਤਾ, ਆਓ ਵੇਖਦੇ ਹਾਂ ਉਹਨਾਂ ਦੀ ਇਹ ਰਿਪੋਰਟ। ਜੀ, ਮੈਂ ਅੱਜ ਸੈਕਰਾਮੈਂਟੋ ਦੇ ਵਿੱਚ ਚਿਲਡਰਨ ਹਾਈ ਸਕੂਲ ਜਿਹੜਾ ਹੈਗਾ ਉੱਥੇ ਪਹੁੰਚਿਆ, ਪਰਫੋਰਮਿੰਗ ਆਰਟ ਸੈਂਟਰ ਇੱਥੋਂ ਦਾ। ਇੱਥੇ ਇੱਕ ਅੱਜ ਮੇਲਾ ਹੋ ਰਿਹਾ 30ਵਾਂ, ਜਿਹੜਾ ਕਿ ਵੈਸੇ ਪਹਿਲਾਂ ਵਿਸਾਖੀ ਮੇਲਾ ਸੀ, ਹੁਣ ਇਹਨਾਂ ਨੇ ਜਨਰਲ ਮੇਲਾ ਕਰਤਾ। ਔਰ ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇਸ ਮੇਲੇ ਦੇ ਵਿੱਚ ਕਿਸੇ ਮਸ਼ਹੂਰ ਗਾਇਕ ਕਲਾਕਾਰ ਨੂੰ ਨਹੀਂ ਬੁਲਾਇਆ ਜਾਂਦਾ, ਜਿਹੜੇ ਲੋਕਲ ਸਾਡੀ ਕਮਿਊਨਿਟੀ ਦੇ ਸਾਡੇ ਪਰਿਵਾਰਾਂ ਦੇ ਬੱਚੇ ਨੇ, ਉਹਨਾਂ ਨੂੰ ਹੀ ਪਰਫੋਰਮ ਕਰਨ ਦਾ ਮੌਕਾ ਦਿੱਤਾ ਜਾਂਦਾ। ਲਗਭਗ 24 ਟੀਮਾਂ ਬੱਚਿਆਂ ਦੀਆਂ ਇਹਦੇ ਵਿੱਚ ਹੈਗੀਆਂ ਨੇ, ਔਰ 150 ਤੋਂ ਉੱਪਰ ਬੱਚਾ ਜਿਹੜਾ ਸਾਡੇ ਪੰਜਾਬੀਆਂ ਦਾ ਹੈਗਾ ਉਹ ਇੱਥੇ ਪਰਫੋਰਮ ਕਰਦਾ। ਇਹ ਜਿਹੜੀ ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਸੰਸਥਾ ਹੈਗੀ ਆ, 30 ਸਾਲ ਤੋਂ ਮੇਲਾ ਕਰਾਉਂਦੀ ਹੈ, ਅਤੇ ਖਾਸੀਅਤ ਇਹਦੀ ਇਹ ਹੈ ਕਿ ਨੋਨ ਪ੍ਰੋਫਿਟੇਬਲ ਇਹ ਸੰਸਥਾ ਹੈ, ਔਰ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ, ਸਾਡੇ ਸੱਭਿਆਚਾਰ ਨਾਲ ਜੋੜਨ ਵਾਸਤੇ ਇਹ ਉਪਰਾਲਾ ਕਰਦੀ ਹੈ ਸਾਰੀ ਟੀਮ। ਸੋ ਮੈਂ ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਨੂੰ ਬਹੁਤ ਬਹੁਤ ਵਧਾਈ ਦਿੰਦਾ, ਅਤੇ ਆਓ ਦੇਖਦੇ ਹਾਂ ਜੀ ਇਸ ਪਰਫੋਰਮਿੰਗ ਆਰਟ ਸੈਕਟਰ ਦੇ ਅੰਦਰ ਦਾ ਮਾਹੌਲ ਕੀ ਹੈ ਅਤੇ ਕੀ ਬੱਚੇ ਰੰਗ ਦਿਖਾ ਰਹੇ ਨੇ। ਤਾਂ ਇਹ ਜਿਹੜਾ ਸਮਾਗਮ ਹੈ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਕਿਉਂਕਿ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀ ਸਮੇਂ ਦੀ, ਬੱਚਿਆਂ ਦੇ ਸਕੂਲ ਹੁੰਦੇ ਆ, ਇਹ ਵਿਸਾਖੀ ਮੇਲਾ ਅਤੇ ਤੀਆਂ ਦਾ ਮੇਲਾ ਆਪਾਂ ਐਸ ਐਤਕੀ ਵੀ ਇਕੱਠਿਆਂ ਕੀਤਾ, ਇਕੱਤਰ ਕਰਤਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਪਰਵਾਲਾ ਸਾਹਿਬ ਨੇ ਦੱਸਿਆ। ਅਤੇ ਉੱਧਰ ਗੁਰਦੁਆਰਾ ਫੇਅਰਫੈਕਸ ਵਿਖੇ ਸਿੱਖ ਫਾਊਂਡੇਸ਼ਨ ਆਫ ਅਮੈਰੀਕਾ ਵੱਲੋਂ ਮਦਰਸ ਡੇ ਕਰਵਾਇਆ ਗਿਆ, ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਵੱਲੋਂ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਮਦਰਸ ਡੇ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰੀਆਂ ਮਾਵਾਂ ਨੂੰ ਸਮਤ ਬਖਸ਼ੇ, ਉਹ ਆਪਣੇ ਪਰਿਵਾਰਾਂ ਦਾ ਸੋਹਣਾ ਸੁਚੱਜਾ ਜੀਵਨ ਬਣਾ ਸਕਣ। ਅਤੇ ਅਸੀਂ ਇਸ ਦਿਨ ਇਹ ਵੀ ਕਹਿੰਦੇ ਹਾਂ ਕਿ ਸਾਡੀ ਸਭ ਤੋਂ ਵੱਡੀ ਮਾਂ ਜਿਹੜੀ ਧਰਤੀ ਮਾਂ ਹੈ, ਅਸੀਂ ਉਸ ਵੱਲ ਵੀ ਧਿਆਨ ਦੇਈਏ ਅਤੇ ਆਪਣੇ ਵੱਲੋਂ ਜਿੰਨਾ ਵੀ ਕੁਛ ਕਰ ਸਕੀਏ ਆਪਣੀ ਉਸ ਮਾਂ ਨੂੰ ਬਚਾਉਣ ਲਈ ਵੀ ਆਪਾਂ ਮਾਵਾਂ ਬਹੁਤ ਸਾਰਾ ਹਿੱਸਾ ਪਾ ਸਕਦੀਆਂ ਹਾਂ। ਆਪਣੇ ਘਰਾਂ ਵਿੱਚ ਜਾ ਕੇ ਜ਼ਰੂਰ ਇਸ ਗੱਲ ਵੱਲ ਵੀ ਧਿਆਨ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਪਰਮਾਤ ਜਾਣੀ ਤੇਰੇ ਨਾਮ ਹੈ, ਇਹ ਪਰਮਾਤਮਾ ਉਹ ਵਾਰੀ ਉਹ ਵਾਰ ਮੈਂ ਕੁਰਬਾਨ ਤੇਰੇ ਨਾਮ ਨੂੰ, ਇਹ ਵਾਹਿਗੁਰੂ ਜੀ ਮੈਂ ਆਪ ਦੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਹੈ, ਜਸਦਾ ਮੈਨੇ ਕੀਰਤੀ ਹੈ ਜਿਸ ਦੇ ਉੱਤੇ ਉਸ ਪਰਮੇਸ਼ਰ ਦੀ ਮਿਹਰ ਹੋਵੇ, ਤੇ ਮਨੁੱਖ ਜਿਹੜਾ ਹੈ ਫਿਰ ਬਾਣੀ ਪੜ੍ਹਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। It's a great honor to be here with all the great mothers around me, and we really have to, I wish that we can celebrate Mother's Day every day. Actually, that's what the relationship should be between the children and the mother. It should be, the motherhood has to be celebrated every day, but it's good that in America it's a little different. At least there's a one day, because the mothers are the great ਕ੍ਰੀਏਟਰ ਆਫ ਦਾ ਵਰਲਡ। ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈਗਾ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਦੀਸ ਆਲ ਮਦਰਸ ਹੈਵ ਟੂ ਬੀ ਸੈਲੀਬ੍ਰੇਟਿਡ ਐਵਰੀ ਡੇ ਬਿਕੋਜ ਦੇ ਹੈਵ ਕ੍ਰੀਏਟਿਡ ਦਾ ਵਰਲਡ ਐਂਡ ਦੇ ਹੈਵ ਬਰੋਟ ਆਲ ਦਾ ਜਨਨੀ ਟੂ ਦਾ ਕ੍ਰੀਏਸ਼ਨ ਆਫ ਦਾ ਯੂਨੀਵਰਸ। ਸੋ ਵਨ ਮੋਰ ਟਾਈਮ ਆਈ ਰੀਲੀ ਪੇ ਓਡ ਟੂ ਮਾਈ ਕਲੀਗਸ ਹੀਅਰ, ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। USA ਟੂਰ 'ਤੇ ਪਹੁੰਚੇ ਗੁਰਦਾਸ ਮਾਨ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਪ੍ਰੋਗਰਾਮ ਕਰ ਰਹੇ ਹਨ। ਹੁਣ ਸਮਾਂ ਸੀਗਾ ਕੈਲੀਫੋਰਨੀਆ ਵਿਖੇ, ਜਿੱਥੇ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਦੇ ਨਾਲ ਕੀਤੀ ਖਾਸ ਗੱਲਬਾਤ। ਆਓ ਵੇਖਦੇ ਹਾਂ ਉਹਨਾਂ ਦੀ ਇਹ ਰਿਪੋਰਟ। ਅਲਾਰਮ ਲਾ ਕੇ ਲਾਇਆ ਜੀ, ਅੱਜ ਗੁਰਦਾਸ ਮਾਨ ਜੀ ਆ ਗਏ ਨੇ। ਮੈਂ ਚਾਹਾਂਗਾ ਸਾਡੇ ਮਹਿਮਾਨ ਜਿਹੜੇ ਇੱਥੇ ਆਏ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰੋ। ਔਰ ਮੇਰੀ ਉਮਰ ਵੀ ਹੁਣ ਐਂ ਦੇਖ ਕੇ ਉਹਨਾਂ ਦੀ ਝਲਕ ਸ਼ਕਤੀ, ਮੇਰੀ ਉਮਰ ਵੀ ਐਂ ਲੱਗਦਾ ਵੀ 10-15 ਸਾਲ ਘੱਟ ਗਈ ਜੀ। ਬਿਲਕੁਲ ਜੀ। ਸੋ ਸਾਰੇ ਜਿੰਨੇ ਮਹਿਮਾਨ ਆਏ ਨੇ ਉਹਨਾਂ ਦਾ ਇੱਥੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਜਿਹੜੀ ਮੀਟ ਐਂਡ ਗ੍ਰੀਟ ਇਸ ਤੋਂ ਬਾਅਦ ਸ਼ੁਰੂ ਹੋਏਗੀ। ਅਸੀਂ ਲਾਈਵ 1 ਘੰਟੇ ਦਾ ਪ੍ਰੋਗਰਾਮ ਜਿਹੜਾ ਕੀਤਾ ਇੱਥੇ ਉਹ ਇਸ ਇਹਨਾਂ ਸ਼ੋਆਂ ਦੀ ਪ੍ਰਮੋਸ਼ਨ ਵਾਸਤੇ ਕੀਤਾ। ਬਿਕਰਮਜੀਤ ਜੀ ਜੀ ਸਮਾਈਲ ਜਿਹੜੀ ਹੈ ਕਾਫੀ ਵੱਡੀ ਹੋ ਗਈ ਹੈ ਅਤੇ ਗੁਰਦਾਸ ਮਾਨ ਜੀ ਜਿਹੜੇ ਕਿ ਇੱਕੋ ਇੱਕ ਐਸੇ ਕਲਾਕਾਰ ਨੇ, ਐਸੇ ਇਨਸਾਨ ਨੇ
ਡਾਊਨ ਟੂ ਅਰਥ ਨੇ। ਔਰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਓ ਜੀ ਆਓ ਵਿਕਰਮ ਭਾਅ ਜੀ, ਆ ਜਾਓ ਤੁਸੀਂ। ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਮੁਬਾਰਕਾਂ ਜੀ, ਸ਼ੋਅ ਬਹੁਤ ਵਧੀਆ ਜਾ ਰਿਹਾ, ਬਹੁਤ ਬਹੁਤ ਤੁਹਾਡਾ ਸਵਾਗਤ। ਜਸ ਪੰਜਾਬੀ 'ਤੇ ਲਾਈਵ ਆਪਾਂ ਪ੍ਰੋਗਰਾਮ ਕਰ ਰਹੇ, ਥੋੜ੍ਹਾ ਜਿਹਾ ਸਮਾਂ ਬਚਿਆ, ਤੁਹਾਡੀ ਫਲਾਈਟ ਲੇਟ ਹੋ ਗਈ। ਕੀ ਚ ਕਹਿਣਾ ਚਾਹੁੰਦੇ ਜੀ, ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਨੇ ਅਤੇ ਇੱਥੇ ਆਏ ਹੋਏ ਮਹਿਮਾਨ ਨੇ, ਜਿਹੜੇ ਜ਼ਰੂਰ ਦੋ ਸ਼ਬਦ ਉਹਨਾਂ ਨੂੰ ਤੁਸੀਂ ਕਹੋ ਜੀ। ਮੇਰਾ ਖਿਆਲ ਸ਼ਬਦ ਕੀ ਕਹੀਏ ਕਿ ਛਾਈ ਬਹਾਰ ਹੈ, ਜੀਆ ਬੇਕਰਾਰ ਹੈ, ਆ ਜਾ ਮੋਰੇ ਬਾਲਮਾ ਤੇਰਾ ਇੰਤਜ਼ਾਰ ਹੈ। ਆ ਜਾਓ ਗੁਰਦਾਸ ਮਾਨ ਜੀ, ਤੁਹਾਡਾ ਹੀ ਇੰਤਜ਼ਾਰ ਆ, ਅਸੀਂ ਇਹੀ ਗਾਣਾ ਗਾਉਂਦੇ ਸੀਗੇ ਜੀ ਹੁਣ ਤੱਕ। ਸੱਚੀ ਮੁੱਚੀ ਸੱਚੀ ਮੁੱਚੀ ਬਿਲਕੁਲ ਜੀ, ਅਸੀਂ ਨਾ ਨਹੀਂ 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 ਤੁਸੀਂ ਗਾਣਾ ਨਹੀਂ ਗਾ ਰਹੇ ਸੀ, ਤੁਸੀਂ ਦਿਲ ਦੇ ਵਿੱਚ ਗਾਲਾਂ ਕੱਢ ਰਹੇ ਹੋਵੋਗੇ। ਨਹੀਂ 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 ਭਾਅ ਜੀ, ਇਹ ਨਹੀਂ ਕਦੇ ਹੋ ਸਕਦਾ ਜੀ। ਸੋ ਗੁਰਦਾਸ ਮਾਨ ਜੀ ਸੈਨੋਜ਼ੇ ਦੇ ਵਿੱਚ ਆ ਗਏ ਸੀਗੇ, ਸਾਡੇ ਤੁਹਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਦੇ ਰੂਬਰੂ। ਕੱਲ੍ਹ ਲਾਈਵ ਪ੍ਰੋਗਰਾਮ ਜਿਹੜਾ ਸੈਨੋਜ਼ੇ ਦੇ ਵਿੱਚ ਹੋਣਾ, ਉਹਦੇ ਬਾਰੇ ਸ਼ਕਤੀ ਜੀ ਇੱਕ ਵਾਰੀ ਜ਼ਰੂਰ ਦੱਸੋ। ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੇ ਆਨੇ ਕੀ ਜਬ ਖਬਰ ਮਹਿਕੇ, ਚਲੋ ਜੀ ਸਮਾਂ। ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੇ ਤਸੱਵਰ ਸੇ ਸਾਰਾ ਹੀ ਬੇ ਏਰੀਆ ਮਹਿਕੇ। ਤਾੜੀਆਂ ਮਾਰ ਦਿਓ ਜੀ। ਸ਼ਕਤੀ ਸਾਰਾ ਬੇ ਏਰੀਆ ਨਹੀਂ, ਪੂਰੀ ਦੁਨੀਆ ਗੁਰਦਾਸ ਮਾਨ ਜੀ ਦੇ ਦੁਨੀਆ 'ਚ ਦੇਖ ਰਹੇ ਨੇ, ਉਹ ਵੀ ਘਰੇ ਬੈਠੇ ਭੰਗੜੇ ਪਾ ਰਹੇ ਹੋਣੇ ਗੁਰਦਾਸ ਮਾਨ ਜੀ ਨੂੰ। ਔਰ ਅਸੀਂ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜਸ ਪੰਜਾਬੀ ਵੱਲੋਂ ਕਿ ਅੱਜ ਗੁਰਦਾਸ ਮਾਨ ਜੀ ਕੈਮਰੇ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਸਾਡੇ ਨਾਲ ਖੜ੍ਹੇ ਨੇ। ਔਰ ਬਹੁਤ ਬਹੁਤ ਅਸੀਂ ਸ਼ੁਭਕਾਮਨਾਵਾਂ, ਬਹੁਤ ਬਹੁਤ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਾਂ ਜੀ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ। ਅਤੇ ਇੱਕ ਰਾਜ ਤਾਂ ਦੱਸ ਦਿਓ ਭਾਅ ਜੀ, ਪਹਿਲਾਂ ਵੀ ਅਸੀਂ ਗੱਲ ਕਰਦੇ ਸੀਗੇ ਵੀ ਇੱਕ ਤਾਂ ਟੀ ਸੀ 'ਤੇ ਰਹਿਣਾ ਕਿਤੇ ਜਾਣਾ ਔਖਾ ਹੁੰਦਾ ਅਤੇ ਟੀ ਸੀ 'ਤੇ ਟਿਕਣਾ ਔਖਾ ਹੁੰਦਾ, ਅਤੇ ਤੁਸੀਂ ਸਿਹਤ ਪੱਖੋਂ ਵੀ ਅਤੇ ਸ਼ੋਹਰਤ ਪੱਖੋਂ ਵੀ ਕੋਈ ਖਾਸ ਗੱਲ ਜਿਹੜੀ? ਮੈਨੂੰ ਟੀ ਸੀ ਵਾਲੀ ਗੱਲ ਯਾਦ ਆ ਗਈ ਕਿ ਟੀ ਸੀ ਦਾ ਜਿਹੜਾ ਬੇਰ ਹੁੰਦਾ ਨਾ, ਜਦੋਂ ਹਾਂਜੀ ਸਾਰੇ ਉਸ ਨੂੰ ਲਾਉਣ ਨੂੰ ਫਿਰਦੇ ਹੁੰਦੇ ਆ, ਹੈ ਨਾ ਜੀ। ਪਰ ਇਹ ਬੜੀ ਖੂਬਸੂਰਤ ਗੱਲ ਸੀ ਕਿ ਲੱਖਾਂ ਬੇਰ ਬੇਰੀ ਨੂੰ ਲੱਗਦੇ ਝੜ ਜਾਂਦੇ ਕੁਛ ਕੱਚੇ ਜੀ, ਲੱਖਾਂ ਬੇਰ ਬੇਰੀ ਨੂੰ ਲੱਗਦੇ ਝੜ ਜਾਂਦੇ ਕੁਛ ਕੱਚੇ, ਉਹੀ ਵੱਟੇ ਖਾਣ ਮੁਹੰਮਦ ਜਿਹੜੇ ਹੁੰਦੇ ਪੱਕੇ, ਕਿਉਂਕਿ ਸਾਰੇ ਉਸ ਨੂੰ ਲਾਉਣ ਨੂੰ ਫਿਰਦੇ ਹੁੰਦੇ ਜੀ ਬਿਲਕੁਲ। ਪਰ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ, ਧੱਕੇ ਦੇਵਣ ਵਾਲੇ ਬਹੁਤੇ ਤੂੰ ਹੱਥ ਪਕੜਨ ਵਾਲਾ, ਹਾਂਜੀ ਉਹੀ ਰੱਖਣ ਵਾਲਾ, ਉਹੀ ਨਵਾਜ਼ਣ ਵਾਲਾ, ਉਹੀ ਬਖਸ਼ਣ ਵਾਲਾ, ਉਹੀ ਨਚਾਉਣ ਵਾਲਾ, ਉਹੀ ਗਵਾਉਣ ਵਾਲਾ, ਉਹੀ ਲਿਖਾਉਣ ਵਾਲਾ, ਸਭ ਕੁਛ ਉਹੀ ਹੈ ਜੀ। ਇੱਕ ਜ਼ੋਰਦਾਰ ਤਾੜੀ ਜ਼ਰੂਰ ਹੋ ਜਾਏ ਜੀ ਗੁਰਦਾਸ ਮਾਨ ਜੀ ਵਾਸਤੇ, ਕਿਉਂਕਿ ਸਦੀਆਂ ਦੇ ਵਿੱਚ ਅਜਿਹੇ ਇਨਸਾਨ ਅਜਿਹੇ ਕਲਾਕਾਰ ਪੈਦਾ ਹੁੰਦੇ ਨੇ। ਅਤੇ ਭਾਅ ਜੀ ਇੱਕ ਸਵਾਲ ਹੋਰ ਸਾਡੇ ਦਰਸ਼ਕਾਂ ਵਾਸਤੇ ਸੀਗਾ ਛੋਟਾ ਜਿਹਾ, ਕਿ ਗਾਇਕੀ ਦੇ ਵਿੱਚ ਵੀ ਤੁਸੀਂ ਬਿਲਕੁਲ ਨੰਬਰ 1 ਹੋ, ਲੇਖਣੀ ਦੇ ਵਿੱਚ, ਗੀਤਕਾਰੀ ਦੇ ਵਿੱਚ ਵੀ, ਅਤੇ ਪਰਫੋਰਮੈਂਸ ਦੇ ਵਿੱਚ ਵੀ, ਐਕਟਿੰਗ ਦੇ ਵਿੱਚ ਵੀ, ਮਤਲਬ ਇਉਂ ਕਹਿ ਲਈਏ ਜਿਵੇਂ ਚਾਈਨਾ 2 ਸਿਮ ਵਾਲਾ ਮੋਬਾਈਲ ਕੱਢਦੀ ਹੈ, ਸੀ 7 ਸਿਮ ਵਾਲਾ ਮੋਬਾਈਲ ਹੈ ਭਾਅ ਜੀ। ਅਤੇ ਸੋ ਭਾਅ ਜੀ ਕਿਹੜਾ ਸਿਮ ਜ਼ਿਆਦਾ ਤੁਹਾਨੂੰ ਤੁਹਾਡੇ ਦਿਲ ਦੇ ਨੇੜੇ? ਨਾਲੇ ਕਹਿੰਦੇ ਚਾਈਨਾ ਦਾ ਮਾਲ ਚੱਲਦਾ ਨਹੀਂ ਚਾਈਨਾ, ਚਾਈਨਾ ਦਾ ਵੀ ਜਿਵੇਂ ਨਾ ਜੀ ਕਹਿੰਦੇ ਲਵ ਮੈਰਿਜ ਚਾਈਨਾ ਵਰਗੀ ਹੁੰਦੀ ਹੈ, ਚੱਲ ਜਾਏ ਤਾਂ 20 ਸਾਲ ਚੱਲ ਜਾਏ, ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ। ਥੈਂਕ ਯੂ ਭਾਅ ਜੀ, ਦੋ ਸ਼ਬਦ ਜ਼ਰੂਰ। ਇਹ ਮੇਰਾ ਖਿਆਲ ਹੈ ਕਿਰਪਾ ਹੀ ਹੈ, ਮੈਂ ਤਾਂ ਇੱਕੋ ਹੀ ਗੱਲ 'ਤੇ ਗੱਲ ਮੁਕਾਈ ਹੋਈ ਹੈ ਕਿ ਉਹਦੀ ਨਵਾਜ਼ਿਸ਼ ਹੈ, ਉਹਦੀ ਕਰਮ ਨਵਾਜ਼ੀ ਹੈ ਕਿ ਬੰਦੇ ਕੋ ਨਾਜ਼ ਹੈ ਕਿ ਤੂੰ ਬੰਦਾ ਨਵਾਜ਼ ਹੈ। ਹਾਂਜੀ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਮੈਂ ਤਾਂ ਹਮੇਸ਼ਾ ਇਹ ਗਾਉਂਦਾ ਹੀ ਰਿਹਾ। ਔਰ ਮੇਰੀ ਕੋਸ਼ਿਸ਼ ਵੀ ਇਹ ਹੈ ਕਿ ਜਿਹੜਾ ਮੈਸੇਜ ਜਾਵੇ, ਛੋਟੇ ਬੱਚਿਆਂ ਤੋਂ ਲਾ ਕੇ ਬਜ਼ੁਰਗਾਂ ਤੱਕ ਇਹੀ ਗੱਲ ਕਹਿੰਦੇ ਰਹਿੰਦੇ ਕਿ ਮੁੰਡਿਓ ਡੰਡ ਬੈਠ ਕੇ ਮਾਰੋ, ਕੁੜੀਓ ਆਪਣਾ ਰੂਪ ਸ਼ਿੰਗਾਰੋ, ਸਿਰ ਤੋਂ ਸੁਸਤੀ ਪਰਾਂ ਉਤਾਰੋ, ਤੁਹਾਨੂੰ ਕੀ ਮਜਬੂਰੀ ਹੈ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਨਿਰਮਲ ਜੀ ਦਾ ਵੀ ਧੰਨਵਾਦ ਕਰਦੇ ਹਾਂ ਜੀ, ਸ਼ੁਰੂ ਤੋਂ ਟੀਮ ਇਹਨਾਂ ਦੀ, ਆ ਜਾਓ ਇੱਥੇ ਭਾਅ ਜੀ ਇੱਕ ਮਿੰਟ, ਆ ਜਾਓ ਇਹਨਾਂ ਦਾ ਧੰਨਵਾਦ ਕਰਦੇ ਹਾਂ ਸ਼ੁਰੂ ਤੋਂ ਗੁਰਦਾਸ ਮਾਨ ਜੀ ਅਤੇ ਇਹਨਾਂ ਦੀ ਟੀਮ ਜਿਹੜੀ ਬਾਹਰਲੇ ਮੁਲਕਾਂ ਦੇ ਸ਼ੋਆਂ ਦੀ ਗੱਲ ਕਰੀਏ ਜੁੜੀ ਹੋਈ ਹੈ। ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਰੱਖੇ, ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਪਰਮਾਤਮਾ ਬੁਲੰਦੀਆਂ ਬਖਸ਼ੇ ਜੀ, ਬਹੁਤ ਮਿਹਰਬਾਨੀ। ਅਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਅੱਜ ਲਈ ਇੰਨਾ ਹੀ ਕਾਫੀ, ਗੁਸਤਾਖੀ ਲਈ ਮਾਫੀ, ਸਾਰੇ ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਉੱਧਰ ਸਿਲਵਰ ਸਪ੍ਰਿੰਗ ਮੈਰੀਲੈਂਡ ਵਿਖੇ ਵੀ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਵਿਸਾਖੀ ਮੇਲਾ ਕਰਵਾਇਆ ਗਿਆ। ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸੁਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। ਅਤੇ ਮੇਰੇ ਪਿੱਛੇ ਜਿਹੜੇ ਹੈਗੇ ਨੇ ਉਹ ਕੋਆਰਡੀਨੇਟਰਸ ਹੈਗੇ ਨੇ ਵਾਲੀਬਾਲ ਟੀਮਸ 'ਤੇ, 4-5 ਅੱਜ ਕੱਲ੍ਹ 8 ਟੀਮਾਂ ਨੇ ਪਾਰਟੀਸਪੇਟ ਕੀਤਾ ਹੈਗਾ, ਚਲੋ ਉਹਨਾਂ ਨਾਲ ਗੱਲ ਕਰੀਏ। ਹਾਂਜੀ ਤੁਸੀਂ ਦੱਸੋ ਕਿ ਤੁਸੀਂ ਕਿੰਨੀਆਂ ਟੀਮਾਂ ਲੈ ਕੇ ਆਏ ਹੋ? ਇੱਥੇ ਬੇਸਿਕਲੀ 8 ਟੀਮਸ ਜਿਹੜੀਆਂ ਹੈਗੀਆਂ ਨੇ ਪਲੇਅ ਕਰ ਰਹੀਆਂ ਨੇ।
ਤੇ ਹਰ ਸਾਲ ਆਉਂਦੀਆਂ ਹੈਗੀਆਂ ਨੇ ਕਿ ਇੱਕ ਇੱਕ ਕਰਕੇ ਆਉਂਦੀਆਂ ਨੇ? ਇੱਕ ਐਕਚੁਲੀ ਇਹ ਸੈਕਿੰਡ ਈਅਰ ਹੈਗਾ ਵਾ, ਲਾਈਕ ਵੀ ਹੈਵ ਸਾਡੀ ਜਿਹੜੀ ਵਾਲੀਬਾਲ ਟੀਮਸ ਨੇ ਦੇ ਆਰ ਬੇਸਿਕਲੀ ਪ੍ਰੋਫੈਸ਼ਨਲ ਵਾਲੀਬਾਲ ਪਲੇਅਰਸ, ਲਾਈਕ ਯੂ ਨੋ ਸਮ ਆਫ ਦੈਮ, ਲਾਈਕ ਨਾਟ ਆਲ ਆਫ ਦ ਟੀਮਸ, ਯੂ ਨੋ, ਸੋ ਵੀ ਜਸਟ ਸੈਂਡ ਦੈਮ ਈਮੇਲਸ ਐਂਡ ਆਲ ਦੈਟ ਟੂ ਇਨਵਾਈਟ ਦੈਮ ਟੂ ਪਾਰਟੀਸਪੇਟ ਇਨ ਦ ਮੇਲਾ। ਤੁਸੀਂ ਕੀ ਕਹੋਗੇ ਜੀ ਇਸ ਕੰਪੀਟੀਸ਼ਨ ਦੇ ਬਾਰੇ ਇੱਥੇ ਗੁਰਨਾਨ ਫਾਊਂਡੇਸ਼ਨ ਅਮਰੀਕਾ ਦੇ ਵਿਖੇ? ਦੇਖੋ ਜੀ, ਮੇਲਾ ਸਾਰਿਆਂ ਨਾਲੋਂ ਬੈਸਟ ਮੇਲਾ ਤਾਂ ਨਹੀਂ ਕਹਿ ਸਕਦੇ, ਪਰ ਹੈ ਬੈਸਟ ਮੇਲਾ, ਕਿਉਂਕਿ ਸਾਰੇ ਮੇਲੇ ਸਾਡੇ ਹੁੰਦੇ ਨੇ ਆਲੇ ਦੁਆਲੇ ਸਾਡੇ ਮਤਲਬ ਟਾਊਨ ਦੇ ਵਿੱਚ, ਅਤੇ ਪਰ ਅੱਗੇ ਨਾਲੋਂ ਇੱਥੇ ਪਾਰਟੀਸਪੇਟ ਕਾਫੀ ਆ ਰਹੇ ਨੇ, ਸੰਗਤ ਕਾਫੀ ਵਧੀਆ ਪਿਛਲੇ ਸਾਲ ਨਾਲੋਂ, ਅਤੇ ਲੋਕ ਬੜਾ ਇੰਜੋਏ ਕਰ ਰਹੇ ਨੇ ਤੁਹਾਡੇ, ਤੁਸੀਂ ਦੇਖ ਹੀ ਰਹੇ ਹੋ ਆਸੇ ਪਾਸੇ ਸਾਰਾ ਕੁਛ, ਮਤਲਬ ਬਹੁਤ ਸੋਹਣਾ ਚੱਲ ਰਿਹਾ ਹੈਗਾ ਕੰਮ। ਹਾਂਜੀ, ਤੁਹਾਨੂੰ ਦੱਸ ਦੇਵਾਂ ਕਿ ਇਸ ਸਾਲ ਜਸਟ ਗਿਵ ਐਨ ਆਈਡੀਆ ਕਿ ਪਿਛਲੇ ਸਾਲ ਕੀ ਹੋਇਆ ਸੀ, ਪਿਛਲੇ ਸਾਲ ਵੀ ਹੈਡ ਬਸ 1000 ਬੰਦਾ ਆਇਆ ਸੀ, ਇਸ ਸਾਲ ਅਸੀਂ ਐਕਸਪੈਕਟਿਡ ਕਰ ਰਹੇ ਹਾਂ ਆਲਮੋਸਟ 2000 ਬੰਦਾ ਆਏਗਾ। ਸਾਡੇ ਕੋਲ ਵੈਂਡਰਸ ਪਰ 7-8 ਵੈਂਡਰ ਹੈਗੇ ਸੀ, ਇਸ ਸਾਲ 25 ਤੋਂ ਜ਼ਿਆਦਾ ਵੈਂਡਰ ਹੈਗੇ ਜੇ, ਅਤੇ ਫੂਡ ਦੇ ਜਿਹੜੇ ਸਟਾਲ ਹੈਗੇ 4-5 ਸੀ, ਅੱਜ ਇਸ ਵਾਰੀ ਆਈ ਥਿੰਕ 7-8 ਹੈਗੇ ਨੇ, ਜਿਹੜੇ ਸਾਰਾ ਦਾ ਸਾਰਾ ਖਾਣਾ ਮੁਫਤ 'ਚ ਦੇ ਰਹੇ ਨੇ, ਫ੍ਰੀ 'ਚ ਹੈਗਾ, ਕੋਈ ਚਾਰਜ ਕੁਛ ਨਹੀਂ ਹੈਗਾ। ਆਹ ਜੀ, ਤੁਹਾਨੂੰ ਅਵਤਾਰ ਨਾ ਮਿਲੀਏ, ਅਵਤਾਰ ਇਜ਼ ਵਨ ਆਫ ਦ ਬੋਰਡ ਮੈਂਬਰਸ ਆਫ ਗੁਰਨਾਨਕ ਫਾਊਂਡੇਸ਼ਨ ਆਫ ਅਮੈਰੀਕਾ। ਅਵਤਾਰ ਜੀ, ਤੁਸੀਂ ਦੱਸੋ, ਵਾਟ ਯੂ ਥਿੰਕ ਆਫ ਦ ਮੇਲਾ ਟੂਡੇ? ਲਾਸਟ ਈਅਰ ਅਸੀਂ ਸਟਾਰਟ ਕੀਤਾ ਜੀ, ਲਾਸਟ ਈਅਰ ਸਾਡੇ ਕੋਲ ਤਕਰੀਬਨ 1000 ਬੰਦਾ ਹੋਏਗਾ, ਅਤੇ 7-8 ਟੀਮਾਂ ਸੀਗੀਆਂ ਵਾਲੀਬਾਲ ਦੀਆਂ। ਇਸ ਸਾਲ ਸਾਡੇ ਕੋਲ 8 ਟੀਮਾਂ ਨੇ, ਅਤੇ ਵੀ ਆਰ ਐਕਸੈਪਟਿੰਗ ਇਹ 2000 ਅਤੇ ਕਰੀਬ ਬੰਦਾ ਹੋ ਜਾਏਗਾ, ਅਤੇ ਜਿੰਨੀਆਂ ਸਾਡੇ ਕੋਲ ਵਾਲੀਬਾਲ ਦੀਆਂ ਟੀਮਾਂ ਸਾਰੀਆਂ ਪ੍ਰੋਫੈਸ਼ਨਲ ਟੀਮਾਂ ਨੇ, ਅਤੇ ਲੋਕਲ ਟੀਮਾਂ ਵੀ ਸਾਡੀਆਂ ਇੱਥੇ ਹੈਗੀਆਂ ਵਾਂ। ਅਤੇ ਲਾਸਟ ਈਅਰ ਸਾਡੇ ਕੋਲ ਵੈਂਡਰ ਸੀਗੇ 8, ਅਤੇ ਇਸ ਵਾਰ ਟੋਟਲ ਸਾਡੇ ਕੋਲ ਹੈਗੇ ਆ 18, ਅਤੇ ਫੂਡ ਸਟੋਲ ਹੈਗੇ ਸਾਡੇ ਕੋਲ ਇਸ ਵਾਰ ਆਲਮੋਸਟ 22, ਲਾਸਟ ਈਅਰ ਸਾਡੇ ਕੋਲ ਸੀਗੇ 7। ਗੰਨੇ ਦਾ ਰਸ ਲੱਗਾ ਹੋਇਆ, ਸਾਗ ਮਿੱਸੀ ਰੋਟੀ ਜਿਹੜੀ ਪੰਜਾਬੀ, ਲੱਸੀ, ਲੱਸੀ ਦਾ ਲੱਗਾ ਹੋਇਆ, ਸਾਰੇ ਵੱਖ ਵੱਖ ਤੋਂ ਸਟਾਲ ਲੱਗੇ ਹੋਏ ਨੇ, ਕਾਫੀ ਸੰਗਤ ਆਈ ਹੋਈ, ਕਾਫੀ ਕਾਫੀ ਦੂਰੋਂ ਸੰਗਤ ਆਈ ਹੋਈ ਹੈ। ਅਤੇ ਇਹ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਅਸੀਂ ਸਾਡੇ ਸਿੱਖਾਂ ਦਾ ਮਤਲਬ ਤਿਉਹਾਰ ਹੈ ਵਿਸਾਖੀ ਦਾ ਕਿਵੇਂ ਮਨਾਇਆ ਜਾਂਦਾ, ਅਤੇ ਕਾਫੀ ਬੱਚੇ ਅੱਜ ਇਕੱਠੇ ਹੋਏ ਨੇ, ਅੱਜ ਕਾਫੀ ਇੰਜੋਏ ਕਰ ਰਹੇ ਨੇ। ਅਤੇ ਇਹਨਾਂ ਗੱਲ ਸ਼ਬਦਾਂ ਨਾਲ ਹੀ ਮੈਂ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਕਈ ਸਾਰੀ ਸੂਫੀ ਨਾਈਟਸ ਅਸੀਂ ਵੇਖੀ, ਲੇਕਿਨ ਇਸ ਵਾਰ ਮੌਕਾ ਸੀਗਾ ਨਿਊਯਾਰਕ ਵਿਖੇ ਇੰਡੀਅਨ ਕੌਂਸਲੇਟ ਦੇ ਵਿੱਚ, ਜਿੱਥੇ ਜ਼ਿਲ੍ਹਾ ਖਾਨ ਪਹੁੰਚੇ ਸੀਗੇ, ਉਹਨਾਂ ਨੇ ਆਪਣੇ ਸੂਫੀ ਗਾਇਕੀ ਦੇ ਸਦਕਾ ਹਰ ਕਿਸੇ ਨੂੰ ਖੁਸ਼ ਕੀਤਾ। ਆਓ ਵੇਖਦੇ ਹਾਂ ਸਾਡੇ ਸਹਿਯੋਗੀ ਮਾਈਕਲ ਟੈਕਸੇਰਾ ਦੀ ਇਹ ਰਿਪੋਰਟ। ਐਜ਼ ਅ ਪਾਰਟ ਆਫ ਦ ਬੈਠਕ ਸੀਰੀਜ਼ ਐਜ਼ ਯੂ ਵੁੱਡ ਆਲ ਨੋ ਵਾਸ ਸਟਾਰਟਡ ਲਾਸਟ ਈਅਰ, ਐਂਡ ਵੀ ਹੈਵ ਹੈਡ ਸਮ ਵੈਰੀ ਪ੍ਰੋਮੀਨੈਂਟ ਇੰਡੀਅਨ ਮਿਊਜ਼ੀਸ਼ੀਅਨਸ। In this series, we are honored to welcome Zila Khan here at the consulate. Zila Khan is a well-known Sufi singer. Now, Sufi music, as probably you are aware, is soulful rendition of holy music. Basically, it is an effort to reach to the God through music. ਕਿਆ ਮਿਊਜ਼ਿਕ ਥਾ, ਇਕਦਮ ਸਭ ਲੋਕ ਮੰਤਰਮੁਗਧ ਹੋ ਗਏ, ਮਿਸਮਰਾਈਜ਼ਡ ਹੋ ਗਏ, ਇੰਥਰਾਲਡ ਹੋ ਗਏ, ਐਕਸਟੇਸੀ ਮੇ ਚਲੇ ਗਏ, ਔਰ ਮਨ ਨਹੀਂ ਕਰ ਰਹਾ ਥਾ ਕਿ ਵੋ ਥਾ ਮੈਂ। ਔਰ ਬਹੁਤ ਅੱਛਾ ਰਿਸਪੋਂਸ ਵੀ ਰਹਾ, ਪਬਲਿਕ ਬਹੁਤ ਆਈ, ਔਰ ਉਨਕਾ ਬੜਾ ਸਕਸੈਸਫੁਲ ਟੂਰ ਰਹਾ। ਔਰ ਮੈਂ ਜਸਟ ਟੀ ਵੀ ਕੇ ਮਾਧਿਅਮ ਸੇ ਆਪਕੇ ਦੇਖਣੇ ਵਾਲੋਂ ਕੋ ਇਨਵੀਟੇਸ਼ਨ ਦੇਣਾ ਚਾਹਤਾ ਹੂੰ। ਕੌਂਸੂਲੇਟ ਮੇ ਬਹੁਤ ਕਾਰਕ੍ਰਮ ਪ੍ਰੋਗਰਾਮ ਹੋਤੇ ਹੈ, ਆਪ ਉਸਮੇ ਆਈਏ, ਜੁੜੀਏ ਹਮਾਰੇ ਸਾਥ ਮਿਲ ਕੇ, ਹਮ ਯਹਾਂ ਕਾ ਜੋ ਆਨੰਦ ਹੈ ਨਿਊਯਾਰਕ ਕਾ ਬੋਲੇ। Well, we're here today at the Indian Consulate performing with Zila ji. She's going to be singing Sufi ghazals and many more songs, and I'm just very honored to sit with such great musicians on stage. It's such a pleasure. Also because I got a chance to sing classical music. I sang Kajri, Tumri, and I did the Sufiana Kalam. The time was short, so I had to wanted to actually sing lots more, especially the Sufiana Kalam and the Bhakti Ras, which we will again, I've in any case sung at Asia Society about 2 weeks back. But to sing at the consulate in New York, I mean, obviously it's a pleasure, it's an honor, and to have an audience who is electric and alive, and my goodness me, oof. What a pleasure. Thanks so much, yeah. Thank you. And, you know, because I know that this platform is usually, you know, to promote the younger generation. And I know you've done projects with the Fez Project. Yeah. How strongly is it to target the younger generation to learn more about the culture? I just empower
my students, and in my music workshop, I just empower them with classical music, but also eclectic different kinds of music that I've grown up with. I've grown up with jazz, blues, Schumann, Schubert, all kinds of music, blues, and literally. So what I do is I do teach them classical music to empower them with the tools of classicism, but I also teach them how to present it in today's world with today, with different kinds of music, in different audiences, and wider audiences for a better livelihood for them. My name is Monty Lalani, and today we are all musicians from Jilla Ji. We are a great Sufi kalakar and from India. So we try to give our best and, you know, enjoy your Sufi Sangeet today. ਤੁਹਾਡੇ ਕੋਲ ਵੀ ਹਨ ਅਜਿਹੀਆਂ ਸਟੋਰੀਜ਼ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ info@jazzbroadcasting.com harkeerat@jazzbroadcasting.com ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਭੇਜੀ ਹੋਈ ਸਟੋਰੀਜ਼ ਨੂੰ ਅਸੀਂ ਚਲਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਜਸ ਕੈਮਰੇ ਦੀ ਨਜ਼ਰ ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ